ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ ਵਿਖੇ ਪੋਲਿੰਗ ਬੂਥ ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇੱਕ ਦੋ ਛਿਟਪੁਟ ਘਟਨਾਵਾਂ ਨੂੰ ਛੱਡ ਕੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜਿਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਨੂੰ ਭਰਮਾ ਹੁੰਗਾਰਾ ਦੇ ਕੇ ਕਾਂਗਰਸ ਅਤੇ ਅਕਾਲੀ ਦਲ ਨੂੰ ਸਖ਼ਤ ਸਜ਼ਾ ਦੇ ਰਹੇ ਹਨ। ਦੇਖੋ, ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਜਨਰਲ ਇਲੈਕਸ਼ਨ ਦੇ ਵਿੱਚ, ਆਮ ਚੋਣਾਂ ਦੇ ਵਿੱਚ, ਅੱਜ ਮੈਂ ਆਪਣਾ ਭਾਰਤੀ ਨਾਗਰਿਕ ਹੋਣ ਦੇ ਨਾਤੇ ਆਪਣਾ ਉਹਦਾ ਮੈਂ ਇਸਤੇਮਾਲ ਕਰਕੇ ਮੋਹਾਲੀ ਦੇ ਵਿੱਚ ਤੀਜੀਵਾਨ ਦੇ ਵਿੱਚ ਮੇਰਾ ਵੋਟ ਹੈ, ਸਪੈਸ਼ਲੀ ਆਪਣੇ ਵੋਟ ਕਰਨ ਲਈ। ਔਰ ਬਾਕੀ ਸਾਰਿਆਂ ਨੂੰ ਇਹ ਅਪੀਲ ਕੀਤੀ ਹੈ, ਹੁਣ ਪ੍ਰੋਗਰਾਮ ਸਾਰਿਆਂ ਪਾਰਟੀ ਨੇ ਆਪਣੇ ਰੱਖ ਤੇ, ਹੁਣ ਕੋਈ ਮਤਭੇਦ, ਵਿਚਾਰਿਕ ਮਤਭੇਦ ਹੋ ਸਕਦੇ ਨੇ, ਵੀ ਮਨਭੇਦ ਨਾ ਰੱਖੇ। ਅਤੇ ਥੋੜ੍ਹੇ ਬਹੁਤ ਛੋਟਾ ਮੋਟਾ ਘਟਨਾਵਾਂ ਹੋਈਆਂ ਨੇ ਹਿੰਸਾ ਦੀਆਂ, ਪਰ ਓਵਰਆਲ ਸੰਗਰੂਰ ਦੇ ਵਿੱਚ ਬਹੁਤ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ। ਔਰ ਮੈਂ ਦੇਖ ਕੇ ਆਇਆ ਕਿ ਇਸ ਵਾਰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ ਕਿ ਤਿੰਨੇ ਜਿਹੜੇ ਖਾਸ ਤੌਰ 'ਤੇ ਤਿੰਨ ਪਾਰਟੀਆਂ, ਚਾਰ ਚੌਥੀ ਸਿਮਰਜੀਤ ਮਾਨ ਹੋਰਾਂ ਦੀ ਪਾਰਟੀ ਦੇ ਦਿੰਦੇ ਸੀ, ਉਹ ਇੱਕੋ ਟੇਬਲ 'ਤੇ ਲਾ ਕੇ ਬਹਿ ਕੇ ਆਪਣੇ ਆਪਣੇ ਝੰਡੇ ਲਾ ਕੇ ਬੈਠੇ ਨੇ, ਠੀਕ ਹੈ ਨਾ। ਔਰ ਬੜੀ ਖੁਸ਼ੀ ਦੀ ਗੱਲ ਹੈ, ਇਹ ਅੱਛੀ ਅਵੇਅਰਨੈਸ ਆ ਰਹੀ ਹੈ ਹੁਣ ਕਿ ਜੀ ਪਿੰਡ ਦੇ ਵਿੱਚ ਉਹਨਾਂ ਨੇ ਇਕੱਠੇ ਰਹਿਣਾ, ਠੀਕ ਹੈ ਨਾ। ਸੋ ਵੋਟ ਪਾਉਣ ਦਾ ਹੱਕ ਹਰੇਕ ਨੂੰ, ਉਹਦਾ ਕੌਨਫੀਡੈਂਸ਼ੀਅਲ ਹੈ, ਉਹ ਜਿੱਥੇ ਮਰਜ਼ੀ ਪਾਵੇ। ਅਤੇ ਪਾਣੀ ਦੀਆਂ ਛਬੀਲਾਂ ਵੀ ਸਾਡੀ ਪਾਰਟੀ ਦੇ ਮੁੰਡਿਆਂ ਨੇ ਲਾਈਆਂ ਨੇ, ਔਰ ਉੱਥੇ ਵੀ ਲਿਖਿਆ ਕਿ ਵੋਟ ਜਿਹਨੂੰ ਮਰਜ਼ੀ ਪਾਓ, ਪਾਣੀ ਜਿਹੜਾ ਠੰਡਕ, ਕੋਈ ਗਰਮੀ ਹੈ, ਮਾਵਾਂ ਭੈਣਾਂ ਬਜ਼ੁਰਗ ਇੱਥੇ ਆਉਂਦੇ ਹੋਣਗੇ। ਸੋ ਇੱਕ ਨਵਾਂ ਇਤਿਹਾਸ ਰਚਿਆ ਜਾਊਗਾ ਸੰਗਰੂਰ ਤੋਂ, ਔਰ ਟਰਨਆਊਟ ਵੀ ਸਭ ਤੋਂ ਵੱਧ ਸੰਗਰੂਰ ਦੀ ਹੋਊਗੀ। ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਜੀ, ਬੇਰੁਜ਼ਗਾਰੀ, ਕਿਸਾਨੀ ਦੀ ਹਾਲਤ ਅਤੇ ਦੁਕਾਨਦਾਰੀ ਅਤੇ ਵਪਾਰੀ, ਜਿਹੜਾ ਨੋਟਬੰਦੀ ਅਤੇ GST ਨੇ ਜਿਹੜੇ ਮਾਰੇ ਨੇ, ਉਹ ਸਭ ਤੋਂ ਵੱਡੇ ਮੁੱਦੇ। ਦਲਿਤਾਂ ਦੀਆਂ ਸਕੀਮਾਂ ਹੀ ਨਹੀਂ ਪਹੁੰਚ ਰਹੀਆਂ ਉੱਥੇ ਤੱਕ, ਮਤਲਬ ਮੈਂ ਪਾਰਲੀਮੈਂਟ 'ਚ ਵੀ ਮੁੱਦਾ ਉਠਾਇਆ ਸੀਗਾ ਕਿ ਜਿਹੜੀ ਨਰੇਗਾ ਦੇ ਦਿਹਾੜੀਦਾਰ ਨੇ, ਦੇ ਆਰ ਹੈਂਡ ਟੂ ਮਾਊਥ, ਉਹ ਤਾਂ ਉਸੇ ਦਿਨ ਹੀ ਕਮਾਉਂਦੇ ਨੇ, ਉਸੇ ਦਿਨ ਹੀ ਖਾਂਦੇ ਨੇ। ਤੁਸੀਂ ਉਹਨਾਂ ਨੂੰ ਵੀ ਡੇਢ ਡੇਢ ਸਾਲ ਧਾਰ ਕਰ ਲੈਂਦੇ ਉਹਨਾਂ ਦਾ, ਫਿਰ ਕੋਈ ਦਿਹਾੜੀ ਕੋਈ ਹੋਰ ਲੈ ਗਿਆ ਜੀ, ਮਤਲਬ ਕੰਮ ਕਿਸੇ ਹੋਰ ਤੋਂ ਕਰਾ ਲਿਆ, ਮਤਲਬ ਜਿਹੜੀ ਫਿਰ ਇਹ ਨਹੀਂ ਪਤਾ ਕਿਸੇ ਨੂੰ ਕਿ 4 ਕਿੱਲੇ ਜਾਂ 4 ਕਿੱਲਿਆਂ ਤੋਂ ਘੱਟ ਵਾਲਾ ਕਿਸਾਨ ਜਿਹੜਾ ਉਹ ਆਪਦੇ ਖੇਤ ਕੰਮ ਕਰਨ ਦਾ ਵੀ ਕਾਰਡ ਬਣਾ ਸਕਦਾ 24,000 ਰੁਪਇਆ 100 ਦਿਨਾਂ ਦਾ। ਅਤੇ ਉੱਤੋਂ ਸ਼ਰਮਨਾਕ ਜਿਹੜੀਆਂ ਸਰਕਾਰਾਂ ਕਰਦੀਆਂ ਨੇ, ਕੈਪਟਨ ਸਾਹਿਬ ਨੇ 1 ਰੁਪਇਆ ਦਿਹਾੜੀ ਵਧਾਈ, ਕਿਆ ਸਾਨੂੰ ਪਤਾ 1 ਰੁਪਏ ਦਾ ਕੀ ਵੈਲਿਊ ਹੁੰਦੀ? ਉਹ ਲੋਕ ਨਰੇਗਾ ਵਾਲੇ ਕਹਿੰਦੇ ਅਸੀਂ ਦੇ ਦਿਆ ਕਰਾਂਗੇ 5 ਰੁਪਏ ਹਰੇਕ ਦਿਹਾੜੀ 'ਚੋਂ, ਕੈਪਟਨ ਸਾਹਿਬ ਨੂੰ। ਸੋ ਜਿਹੜੇ ਲੋਕਾਂ ਨੂੰ ਆਮ ਲੋਕਾਂ ਦੇ ਮੁੱਦੇ ਨਹੀਂ ਪਤਾ, ਦੁੱਖ ਨਹੀਂ ਪਤਾ, ਉਹ ਮੁੱਖ ਮੰਤਰੀ ਨੇ, ਉਹ ਸਾਨੂੰ ਚਲਾਉਂਦੇ ਨੇ। ਸੁਖਬੀਰ ਬਾਦਲ ਹੁਣ ਦੱਸੋ ਮੰਦ ਬੁੱਧੀ ਹੈ, ਸੁਖਬੀਰ ਬਾਦਲ ਨੂੰ ਕੀ ਪਤਾ ਕਿ ਖੇਤੀ ਕਿਵੇਂ ਹੁੰਦੀ ਹੈ? ਸੁਖਬੀਰ, ਖੇਤੀ ਮੰਤਰੀ ਸਾਡਾ ਕੈਪਟਨ ਅਮਰਿੰਦਰ ਸਿੰਘ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛ ਲਿਓ ਕਿ ਗੰਨਾ ਕਿਵੇਂ ਬੀਜੀਦਾ, ਉਹਨੇ ਕਹਿਣਾ ਸ਼ਰਤ ਲਾ ਲਓ, ਉਹਨੇ ਕਹਿਣਾ ਕਿ ਗੁੜ ਦੀਆਂ ਡਲੀਆਂ ਪਹਿਲਾਂ ਛੋਟੇ ਛੋਟੇ ਬਣਾ ਕੇ ਫਿਰ ਉਹਨੂੰ ਗੁੜ ਨੂੰ ਭਰ ਦਿੱਤਾ। ਅਸੀਂ ਗਲਤ ਡਾਕਟਰਾਂ ਤੋਂ ਦਵਾਈ ਲਈ ਜਾਂਦੇ ਹਾਂ ਤਾਂ ਹੀ ਬਿਮਾਰੀ ਵਧੀ ਜਾਂਦੀ ਹੈ, ਠੀਕ ਹੈ ਨਾ। ਪਹਾੜਾਂ 'ਚ ਪੜੇ ਹੋਏ ਨੇ, ਉਹਨਾਂ ਨੂੰ ਪੰਜਾਬੀ ਤਾਂ ਬੋਲਣੀ ਨਹੀਂ ਆਉਂਦੀ। ਜੇ ਪੰਜਾਬੀ ਆਉਂਦੀ ਹੁੰਦੀ ਸੁਖਬੀਰ ਬਾਦਲ ਨੂੰ ਤਾਂ ਆਪਦੇ ਪਿਤਾ ਜੀ ਨੂੰ 2-3 ਵਾਰ ਆਪਣੇ ਪਿਤਾ ਸਮਾਨ ਨਾ ਕਹਿੰਦਾ, ਉਹਨੂੰ ਪਿਤਾ ਅਤੇ ਪਿਤਾ ਸਮਾਨ 'ਚ ਫਰਕ ਨਹੀਂ ਪਤਾ, ਉਦੋਂ ਸਾਡੇ ਮਸੀਹੇ ਬਣਾ ਰੱਖੇ ਨੇ ਤੁਸੀਂ, ਠੀਕ ਹੈ ਨਾ। ਸੋ ਅੱਜ ਲੋਕਾਂ ਦੀ ਕਚਹਿਰੀ ਲੱਗੀ ਹੈ, ਬਹੁਤ ਸਖ਼ਤ ਸਜ਼ਾ ਦੇ ਰਹੇ ਲੋਕ ਅੱਜ ਅਕਾਲੀ ਦਲ ਅਤੇ ਕਾਂਗਰਸ ਨੂੰ, ਕਿਉਂਕਿ ਦੇਖੋ ਸੁਖਬੀਰ ਬਾਦਲ ਨੂੰ ਸਜ਼ਾ ਇਹੀ ਹੋਊਗੀ ਕਿ 10 ਤਾਂ ਟਿਕਟਾਂ ਵੰਡੀਆਂ ਨਹੀਂ ਗਈਆਂ, ਉਦੋਂ 2 ਤਾਂ ਉਹਨੂੰ ਆਪਦੇ ਘਰੇ ਰੱਖਣੇ ਪੈ ਗਈਆਂ, ਰਾਜ ਕਰੋਗੇ 25 ਸਾਲ ਵਾਲੇ, ਠੀਕ ਹੈ। ਸੁਖਦੇਵ ਸਿੰਘ ਢੀਂਡਸੀਆ ਜਿਹੜੀ ਟਿਕਟ ਹੈ ਇੱਥੇ, ਪਰਮਿੰਦਰ ਢੀਂਡਸੀਆਲੀ ਸੰਗਰੂਰ, ਇਹ ਇੱਦਾਂ ਸਿੱਟ ਕੇ ਗਿਆ ਜਿਵੇਂ ਹੱਕ ਅਖਬਾਰ ਸਿੱਟ ਕੇ ਜਾਂਦਾ ਹੈ ਤਾਂ ਵੀ ਲੜ ਲਓ ਯਾਰ ਐਂ ਕੋਈ ਕਰਦੇ। ਫਰੀਦਕੋਟ ਇਹਨਾਂ ਬੰਦਾ ਨਹੀਂ ਮੰਨਿਆ ਕੋਈ, ਉਹ ਮਾਝੇ 'ਚੋਂ ਲਿਆਉਣਾ ਪੈ ਗਿਆ ਰਣੀਕੇ ਨੂੰ, ਠੀਕ ਹੈ ਨਾ। ਸੋ ਇਸ ਕਰਕੇ ਸਜ਼ਾ ਹੀ ਮਿਲ ਗਈ ਹੈ ਲੋਕਾਂ ਦੀ ਕਚਹਿਰੀ ਅੱਜ ਜਿਹੜੀ ਲੱਗੀ ਹੈ ਉਹਦੇ 'ਚ ਕੈਪਟਨ ਹਰਮਿੰਦਰ ਸਿੰਘ ਨੂੰ, ਇਸ ਕਰਕੇ ਕਿ ਉਹਨੇ ਬਚਾਇਆ ਬਾਦਲਾਂ ਨੂੰ, ਅਤੇ ਉਹਨਾਂ ਨੇ ਬੇਅਦਬੀ ਕਰਵਾਈ ਅਤੇ ਵਾਅਦੇ ਮੁੱਕਰੇ ਕੈਪਟਨ ਸਾਹਿਬ, ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਬਹੁਤ ਜ਼ਬਰਦਸਤ ਤਰੀਕੇ